ਇੰਨੇ ਨਾ ਪੰਜਾਬ ਦੇ ਵੀ ਸਤਿ ਸ਼੍ਰੀ ਅਕਾਲ ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਮਲ ਰਿਤਕੌਰ ਪੰਜਾਬ ਦੇ ਵਿੱਚ ਇਸ ਵੇਲੇ ਧਰਮ ਦੇ ਨਾਂ ਤੇ ਵੀ ਬਹੁਤ ਸਾਰੇ ਵਾਦ-ਵਾਦ ਛੜੇ ਹੋਏ ਨੇ ਫਿਰ ਭਾਵੇਂ ਉਹ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਦੇ ਬਿਆਨ ਤੇ ਹੋ ਰਹੀ ਸਿਆਸਤ ਹੋਵੇ ਜਾਂ ਫਿਰ ਬੇਅਦਬੀ ਮਾਮਲਿਆਂ ਨੂੰ ਲੈ ਕੇ ਅਜੇ ਤੱਕ ਇਨਸਾਫ ਨਾ ਮਿਲਣਾ ਵੀ ਵਿਵਾਦ ਪੜਿਆ ਹੋਇਆ ਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਾਇਬ ਹੋਣ ਦਾ ਮਾਮਲਾ ਵੀ ਗਰਮਾਇਆ ਹੋਇਆ ਹੈ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੋ ਕਿ ਪੰਜਾਬ ਯੂਨੀਵਰਸਿਟੀ ਦੇ ਹਿਸਟਰੀ ਡਿਪਾਰਟਮੈਂਟ ਤੋਂ ਰਿਟਾਇਰਡ ਨੇ ਤੇ ਸਿੱਖ ਬੁੱਧੀਜੀਵੀ ਵੀ ਨੇ ਸਰ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਸਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿ ਧਰਮ ਨੂੰ ਲੈ ਕੇ ਇਸ ਵੇਲੇ ਬਹੁਤ ਸਾਰੀਆਂ ਸ਼ੰਕਾਵਾਂ ਵੀ ਹੋ ਰਹੀਆਂ ਨੇ ਬਹੁਤ ਸਾਰੇ ਬਾਦ ਵਿਵਾਦ ਵੀ ਹੋ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਿਹੜੇ ਇੱਕ ਪਾਸੇ ਤਾਂ ਇਕਬਾਲ ਸਿੰਘ ਜਿਹੜੇ ਸਾਬਕਾ ਜਥੇਦਾਰ ਸੀਗੇ ਪਟਨਾ ਸਾਹਿਬ ਦੇ ਉਹਨਾਂ ਨੇ ਜਿਹੜਾ ਉੱਥੇ ਆਰਐਸਐਸ ਦੇ ਸਮਾਗਮ ਦੇ ਵਿੱਚ ਨੀ ਪੱਥਰ ਸਮਾਗਮ ਦੇ ਵਿੱਚ ਰਾਮ ਮੰਦਰ ਦੇ ਜਾ ਕੇ ਜੋ ਬਿਆਨ ਦਿੱਤਾ ਉਹ ਵਿਵਾਦ ਬਣਿਆ ਸਿੱਖ ਸੰਗਤਾਂ ਵੱਲੋਂ ਵੀ ਵਿਵਾਦ ਹੋਇਆ ਸਿੱਖ ਜਿਹੜੇ ਵੱਡੇ ਪੈਰੋਕਾਰ ਨੇ ਉਹਨਾਂ ਵੱਲੋਂ ਵੀ ਵਿਵਾਦ ਹੋਇਆ ਤੇ ਦੂਜੇ ਪਾਸੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਵਿੱਚ ਦਸਮ ਗ੍ਰੰਥ ਦੀ ਕਥਾ ਹੋ ਰਹੀ ਹੈ ਦੇਖੋ ਗੱਲ ਪਤਾ ਕੀ ਹੈ ਹਮੇਸ਼ਾ ਹੀ ਸਿੱਖਾਂ ਨੂੰ ਸਭ ਤੋਂ ਵੱਡਾ ਖਤਰਾ ਜਿਹੜਾ ਸਿੱਖੀ ਦੇ ਪਹਿਰਾਵੇ ਵਿੱਚ ਸਿੱਖਾਂ ਵਿੱਚ ਬੈਠੇ ਲੋਕਾਂ ਤੋਂ ਆ ਹੂੰ ਕਿਉਂਕਿ ਉਹ ਉਹਨਾਂ ਨੂੰ इजीली ਆਈਡੈਂਟੀਫਾਈ ਨਹੀਂ ਤੁਸੀਂ ਕਰ ਸਕਦੇ ਹੂੰ ਇੱਕ ਤਾਂ ਸਿੱਖ ਸਰੂਪ ਚ ਹੂੰ ਇੱਕ ਉਹਨਾਂ ਨੇ ਗਾਤਰੇ ਪਾਏ ਹੋਏ ਆ ਹੂੰ ਦਾੜੀਆਂ ਪ੍ਰਕਾਸ਼ ਕੀਤੀਆਂ ਹੋਈਆਂ ਹੂੰ ਪਗੜੀਆਂ ਬੰਨਦੇ ਆ ਤੋਂ ਮਹਾਰਾਜ ਦਸਵੇਂ ਪਾਸ਼ਾ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਹੂੰ ਤਿੰਨ ਸ਼ਕਤੀਆਂ ਦੇ ਖਿਲਾਫ ਲੜਾਈ ਲੜੀ ਹੈ ਹਮ ਪਹਿਲਾ ਤਾਂ ਮਸੰਦਾਂ ਦੇ ਖਿਲਾਫ ਹਮ ਦੂਸਰਾ ਉਹਨਾਂ ਨੇ ਹਿੰਦੂ ਹਿਲ ਰਾਜੇ ਜਿਹੜੇ ਸੀ ਉਹਨਾਂ ਦੇ ਖਿਲਾਫ ਹਮ ਤੀਸਰਾ ਉਹਨਾਂ ਨੇ ਮੁਗਲ ਸਲਤਨਤ ਦੇ ਖਿਲਾਫ ਹਮ ਸਭ ਤੋਂ ਮਹਾਰਾਜ ਨੇ ਸਮਝਿਆ ਸਭ ਤੋਂ ਘਾਤਕ ਤੇ ਸਭ ਤੋਂ ਖਤਰਨਾਕ ਜਿਹੜਾ ਦੁਸ਼ਮਣ ਹੈ ਉਹ ਮਸੰਦ ਆ ਹਮ ਮਸੰਦ ਕੌਣ ਆ ਸਿੱਖੀ ਸਰੂਪ ਚ ਹੀ ਆ ਨਾ ਹਮ ਹਮ ਸਿੱਖੀ ਪਹਿਰਾਵੇ ਚ ਆ ਉਹਨਾਂ ਨੂੰ ਮਤਲਬ ਸਿੱਖਾਂ ਨੂੰ ਸਿੱਧੇ ਸਾਦੇ ਲੋਕ ਭੋਲੇ ਪਾਲੇ ਲੋਕਾਂ ਨੂੰ ਸਿੱਖਾਂ ਦੀ ਉਸ ਕਿਸਮ ਦੇ ਮਸੰਦਾਂ ਦੀ ਪਛਾਣ ਕਰਨੀ ਮੁਸ਼ਕਲ ਹ ਹਮ ਤੋਂ ਮਹਾਰਾਜ ਨੇ ਇੱਕ ਤੁਹਾਡੇ ਅੱਗੇ ਮਾਡਲ ਰੱਖਿਆ ਦਸਵੇਂ ਪਾਤਸ਼ਾਹ ਨੇ ਹਮ ਕਿ ਪਹਿਲਾਂ ਅੰਦਰਲਾ ਹੀ ਸ਼ਤਰੂ ਹੈ ਹਮ ਤੁਹਾਡੇ ਅੰਦਰ ਬੈਠਾ ਹਮ ਤੁਹਾਡੇ ਪਹਿਰਾਵੇ ਵਿੱਚ ਤੁਹਾਨੂੰ ਘਾਤ ਲਾ ਰਿਹਾ ਅੰਦਰੋਂ ਹਮ ਸਲੋਲੀ ਐਂਡ ਗ੍ਰੈਜੂਲੀ ਹਮ ਉਹਨਾਂ ਨਾਲ ਤੁਸੀਂ ਪਹਿਲਾਂ ਨਜਿੱਠੋ ਹਮ ਅੱਜ ਵੀ ਹਮ 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 ਹ ਸਭ ਤੋਂ ਸੀਰੀਅਸ ਅੰਦਰੂਨੀ ਦੁਸ਼ਮਣ ਤੇ ਲੜ ਹੋਈ ਹੈ ਹਮ ਔਰ ਉਹਦੇ ਵਿੱਚ ਜਿਹੜੇ ਮਸੰਦਤ ਉਹ ਮਹਾਰਾਜ ਨੇ ਆਪ ਕਰਕੇ ਦਿਖਾਇਆ ਹੈਗਾ ਹਮ ਅੱਜ ਸਿੱਖਾਂ ਨੂੰ ਆਪਣੀ ਸਿੱਖੀ ਤੇ ਪਹਿਰਾ ਦੇਣ ਦੇ ਲਈ ਹਮ ਜਿਹੜਾ ਅੰਦਰ ਵਾਲਾ ਦੁਸ਼ਮਣ ਆ ਉਸ ਨਾਲ ਬੜੇ ਸੀਰੀਅਸ ਤਰੀਕੇ ਦੇ ਨਾਲ ਉਹਨੂੰ ਲੜਨਾ ਪਏਗਾ ਉਹਦੀ ਪਛਾਣ ਕਰਨੀ ਪਏਗੀ ਹਮ ਹੁਣਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਹਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਿਹੜੇ ਸਰੂਪ ਆ ਉਹਨਾਂ ਦੀ ਮਤਲਬ ਉਹ ਗਵਾਚ ਗਏ ਜਾਂ ਕਿੱਥੇ ਗਏ ਕੀ ਹੋਇਆ ਕੀ ਨਾ ਹੋਇਆ ਉਹ ਮਸਲਾ ਇਸੇ ਤਰੀਕੇ ਨਾਲ ਹੁਣ ਬਚਿੱਤਰਨਾਟਕ ਦੀ ਕਥਾ ਲੈ ਕੇ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਜਿਹੜੀ ਕਰਾਈ ਜਾ ਰਹੀ ਹੈ ਦਿੱਲੀ ਗੁਰਦੁਆਰਾ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਰਾਹੀਂ ਹਮ ਬਰਜਿੰਦਰ ਸਿੰਘ ਜਿਹੜਾ ਹੈਗਾ ਉੱਥੇ ਦਾ ਤੋਂ ਉਹ ਸਾਰੀਆਂ ਜਿਹੜੀਆਂ ਇਹ ਘਟਨਾ ਹੈਗੀ ਹੈ ਇੱਕੋ ਲੜੀ ਦਾ 파ਟ ਹਮ ਇਹ ਕਿਸੇ ਤਰੀਕੇ ਨਾਲ ਸਿੱਖਾਂ ਦੀ ਜਿਹੜੀ ਆਸਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਢੂਡ ਦਿੱਤੀ ਜਾਵੇ। ਹੂੰ ਇਹ ਸਾਰੇ ਜਿਹੜੇ ਲੋਕ ਆ ਜਿਹੜੇ ਕਟਨਾ ਕਰਮ ਕਰ ਰਹੇ ਆ ਯੱਜਨਾ ਤੋਂ ਕਰਵਾਇਆ ਜਾ ਰਿਹਾ ਹੂੰ ਉਹ ਆਰਐਸਐਸ ਦੇ ਨਾਲ ਉਹਨਾਂ ਦੀ ਮਿਲਿ ਭੁਗਤ ਆ ਹੂੰ ਔਰ ਆਰਐਸਐਸ ਦੇਖੋ ਦੁਨੀਆ ਦੇ ਵਿੱਚ ਹੂੰ ਕੋਈ ਵੀ ਧਰਮ ਧਾਰਮਿਕ ਆਦਮੀ ਆ ਉਹਨੂੰ ਅਗਲਾ ਪੁੱਛਦਾ ਵੀ ਦੱਸ ਤੇਰਾ ਕੀ ਧਰਮ ਹੂੰ ਤੇਰਾ ਕੀ ਰਿਲੀਜਨ ਤੇਰੀ ਕੀ ਆਸਤਾ ਤੇਰਾ ਕੀ ਵਿਸ਼ਵਾਸ ਤੇਰੀ ਕੀ ਫੇਥ ਐ ਅਸੀਂ ਗੱਲ ਕਰਦੇ ਨੇ ਉਹ ਕਹਿੰਦਾ ਮੈਂ ਸਾਈ ਹਾਂ ਉਹ ਕਹਿੰਦਾ ਮੈਂ ਮੁਸਲਮਾਨ ਉਹ ਕਹਿੰਦਾ ਮੈਂ ਹਿੰਦੂ ਉਹ ਕਹਿੰਦਾ ਮੈਂ ਜੂ ਗੱਲ ਖਤਮ ਹੋ ਗਈ ਲੇਕਿਨ ਸਿੱਖਾਂ ਦੀ ਤਰਾਸ ਦੀ ਇਹ ਹੈ ਕਿ ਜਦੋਂ ਉਹ ਕਹਿੰਦੇ ਅਸੀਂ ਸਿੱਖ ਹਾਂ ਤਾਂ ਉਸੇ ਵੇਲੇ ਉਹਨਾਂ ਤੇ ਕਾਊਂਟਰ ਕੁਐਸਚਨ ਕਰ ਦਿੰਦੇ ਆ ਖਾਸ ਤੌਰ ਤੇ ਜਿਹੜੇ ਹਿੰਦੂ ਆ ਜਾਂ ਆਰਐਸਐਸ ਵਾਲੇ ਆ ਉਹ ਕਹਿੰਦੇ ਨਹੀਂ ਜੀ ਨਹੀਂ ਨਹੀਂ ਤੁਸੀਂ ਸਿੱਖ ਨਹੀਂ ਹੋ ਤੁਸੀਂ ਹਿੰਦੂਆਂ ਦਾ ਪਾਰਟ ਹੋ ਤੁਸੀਂ ਹਿੰਦੂਆਂ ਦਾ ਸੈਕਟਰ ਸਬਸੈਕਟਰ ਜਿਸ ਤਰ੍ਹਾਂ ਹੋਰ ਹਿੰਦੂਆਂ ਦੇ ਸਬਸੈਕਟਰ ਆ ਤਾਂ ਸਿੱਖਾਂ ਨੂੰ ਮਤਲਬ ਉਸ ਗੱਲ ਦੇ ਖਿਲਾਫ ਲੜਾਈ ਲੜਨ ਲਈ ਕਾਫੀ ਜਦੋਜਹਿਦ ਕਰਨੀ ਪੈਂਦੀ ਹੈ ਉਹਨਾਂ ਨੂੰ ਦੱਸਣਾ ਪੈਂਦਾ ਵੀ ਸਾਡੇ ਗੁਰੂਆਂ ਨੇ ਕੀ ਕੀਤਾ ਗੁਰੂ ਮਹਾਰਾਜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਨੂ ਨਹੀਂ ਪਾਲਿਆ ਜਨੂ ਪੜਾ ਇੰਪੋਰਟੈਂਟ ਸਿੰਬਲ ਹੈ ਹਿੰਦੂਇਜ਼ਮ ਦਾ ਤੋ ਇਸ ਦਾ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਦੱਸਣੀਆਂ ਪੈਂਦੀਆਂ ਹਮ ਕੋਸ਼ਿਸ਼ ਕਰਨੀ ਪੈਂਦੀ ਹੈ ਐਫਰਟ ਕਰ ਪਰ ਫਿਰ ਵੀ ਉਹ ਕਹਿੰਦੇ ਨਹੀਂ ਉਹ ਹੁਣ ਜਿਹੜਾ ਬਚਿੱਤਰਨਾਟਕ ਜਿਹਨੂੰ ਤੁਸੀਂ ਦਸਮ ਗ੍ਰੰਥ ਕਹਿੰਦੇ ਹੋ ਹਮ ਉਹ ਇੱਕ ਮਤਲਬ ਅੰਗਰੇਜ਼ਾਂ ਨੇ ਪਹਿਲਾਂ ਮੁਗਲਾਂ ਨੇ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਸਿੱਖਾਂ ਦੀ ਜਿਹੜੀ ਇੰਡੀਪੈਂਡੈਂਟ ਸੋਵਰਨ ਧਾਰਮਿਕ ਆਇਡੈਂਟੀਟੀ ਹੈ ਉਹਨੂੰ ਖਤਮ ਕਰ ਦਈਏ ਹਮ ਉਹ ਕਰ ਨਹੀਂ ਸਕੇ ਫਿਰ ਉਸ ਤੋਂ ਬਾਅਦ ਅੱਗੇ ਅੰਗਰੇਜ਼ ਜਿਹੜੇ ਰੂਲਰ ਸੀ ਉਸ ਤੋਂ ਬਾਅਦ ਹਮ ਉਹਨਾਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਉਹ ਮੁਗਲਾਂ ਨਾਲੋਂ ਵੀ ਚਲਾਕ ਤੇ ਚੁਸਤ ਸੀਗੇ ਹੂੰ ਉਹਨਾਂ ਨੇ ਕਿਹਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਸਿੱਖੀ ਨਾਲੋਂ ਤੋੜ ਕੇ ਇਹਨਾਂ ਦੇ ਵਿੱਚ ਹਿੰਦੂਆਂ ਦਾ ਦੇ ਨਾਲ ਹੀ ਇਹਨਾਂ ਦਾ ਮਿਲਗੋਬਾ ਕਰ ਦਈਏ ਹੂੰ ਤਾਂ ਉਹਨਾਂ ਨੇ ਇਸ ਕਰਕੇ ਇੱਕ ਬਚਿੱਤਰ ਨਾਟਕ ਤਿਆਰ ਕਰ ਲਿਆ ਹੂੰ ਹੁਣ ਦੇਖੋ ਜੇ ਮੈਂ ਤੁਹਾਨੂੰ ਨਾਟਕ ਦਾ ਮਤਲਬ ਪੁੱਛਾਂ ਹੂੰ ਤੁਸੀਂ ਹੱਸੋਗੇ ਹੂੰ ਨਾਟਕ ਦਾ ਮਤਲਬ ਕੀ ਹੁੰਦਾ ਅ ドラਮੇ ਨਹੀਂ ਕਰਦੇ ਲੋਕ ਡਾਟਕ ਨਹੀਂ ਖੇਲਦੇ ਆ ਸੜਕਾਂ ਦੇ ਉੱਤੇ ਖੇਲਦੇ ਆ ਰਾਮਲੀਲਾ ਇੱਕ ਨਾਟਕ ਆ ਹੂੰ ਸਮਝੇ ਕਿ ਨਹੀਂ ਹੂੰ ਤੋ ਗੁਰੂ ਜੇ ਆਪਣੀ ਆਟੋ ਬਾਇਓਗ੍ਰਾਫੀ ਲਿਖ ਰਿਹਾ ਆਪਣੀ ਜੀਵਨ ਕਥਾ ਲਿਖ ਰਿਹਾ ਉਹਨੂੰ ਨਾਟਕ ਥੋੜੂ ਕਹੇਗਾ ਹੂੰ ਯਾ ਤਾਂ ਇਹ ਫੈਸਲਾ ਕਰਨ ਜਿਹੜੇ ਇਸ ਗੱਲ ਦਾ ਪ੍ਰਚਾਰ ਕਰਦੇ ਆ ਹੂੰ ਕਿ ਇਹ ਨਾਟਕ ਆ ਜਾਂ ਗੁਰੂ ਮਹਾਰਾਜ ਦਾ ਅਸਲੀ ਜੀਵਨ ਹੂੰ ਅੱਛਾ ਫੇਰ ਦੂਸਰੀ ਗੱਲ ਨੌ ਗੁਰੂ ਸਾਹਿਬਾਨ ਪਹਿਲਾ ਹੋਇਆ ਹੂੰ ਦਸਵੇਂ ਤੋਂ ਪਹਿਲਾਂ ਨੌ ਗੁਰੂ ਸਹਿਬਾਨ ਹੋਏ ਆ ਨੌ ਗੁਰੂ ਸਹਿਬਾਨ ਨੇ ਆਪਣੇ ਜੀਵਨ ਬਾਰੇ ਇੱਕ ਗੱਲ ਨਹੀਂ ਲਿਖੀ ਹੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਕੋਈ ਗੱਲ ਨਹੀਂ ਲਿਖੀ ਹੂੰ ਦੂਸਰੇ ਗੁਰੂ ਸਹਿਬਾਨ ਨੇ ਨੀ ਤੀਸਰੇ ਨੇ ਚੌਥੇ ਨੌਵੇਂ ਤੱਕ ਹੂੰ ਤਾਂ ਕਿਹੜੀ ਜ਼ਰੂਰਤ ਪੈ ਗਈ ਹੂੰ ਦਸਵੇਂ ਪਾਤਸ਼ਾਹ ਨੂੰ ਆਪਣੀ ਜਿਹੜੀ ਜਿਸਰਾ ਬਚਿੱਤਰ ਨਾਟਕ ਲਿਖਣ ਦੀ ਨਾਟਕ ਤਾਂ ਰੀਅਲ ਲਾਈਫ ਨਹੀਂ ਨਾ ਹੁੰਦੀ ਹੂੰ ਉਸ ਤੋਂ ਪਹਿਲਾਂ ਗੁਰੂ ਦਸਵੇਂ ਪਾਸ਼ਾ ਤੋਂ ਪਹਿਲਾਂ ਤੁਸਕੇ ਬਾਬਰੀ ਬਾਬਰ ਦੀ ਜੀਵਨ ਕਥਾ ਉਹ ਪ੍ਰਸ਼ਨ ਦੇ ਵਿੱਚ ਉਹਨੂੰ ਤੁਸਕੇ ਬਾਬਰੀ ਕਹਿੰਦੇ ਆ ਬਹੁਤ ਮਸ਼ਹੂਰ ਕਿਤਾਬ ਆ ਆਟੋ ਬਾਇਓਗ੍ਰਾਫੀ ਦੁਨੀਆ ਦੀਆਂ ਤਿੰਨ ਬੈਸਟ ਆਟੋ ਬਾਇਓਗ੍ਰਾਫੀਸ ਚੋਂ ਮੰਨੀ ਜਾਂਦੀ ਆ ਇੰਨੀ ਵਧੀਆ ਲਿਖੀ ਹੋਈ ਉਹਦੀ ਬਾਬਰ ਦੀ ਉਹ ਬਾਬਰ ਬੜਾ ਵਿਦਵਾਨ ਆਦਮੀ ਸੀ ਇਸ ਹਿਦਰਤ ਉਸਕੇ ਜਹਾਂਗੀਰੀ ਜਹਾਂਗੀਰ ਦੀ ਉਹਨੇ ਲੈ ਤੱਕ ਇਹ ਨਹੀਂ ਕਿਹਾ ਵੀ ਉਹ ਸਾਡਾ ਡਰਾਮਾ ਹੈ ਆਪ ਤੁਸੀਂ ਜਿਹੜਾ ਬਕਲ ਚੋਂ ਕੱਢ ਕੇ ਮਾਰਿਆ ਸੱਪ ਬਾਹਰ ਉਹਦੇ ਤੇ ਤੁਸੀਂ ਕਹਿ ਰਹੇ ਹੋ ਬਚਿੱਤਰ ਨਾਟਕ ਬਚਿੱਤਰ ਵੀ ਆ ਤੇ ਨਾਟਕ ਵੀ ਆ ਹੂੰ ਤੋ ਉਹ ਤਾਂ ਫਿਰ ਇਹਦਾ ਮਤਲਬ ਤੁਹਾਡੇ ਆਪਣੇ ਕਹਿਣ ਦੇ ਮੁਤਾਬਕ ਹੀ ਜਿਸ ਬੰਦੇ ਨੇ ਸ਼ਰਾਰਤ ਕੀਤੀ ਆ ਜਿਹੜਾ ਚੋਰ ਹੁੰਦਾ ਉਹ ਕੋਈ ਮੋਰੀ ਛੱਡ ਜਾਂਦਾ ਕਿਸੇ ਨਾਲ ਪਾਸੇ ਤੋ ਜਿਸ ਬੰਦੇ ਨੇ ਸ਼ਰਾਰਤ ਕੀਤੀ ਆ ਬਚਿੱਤਰ ਨਾਟਕ ਵਾਲੀ ਉਹਨੇ ਇੱਕ ਗੱਲ ਉਦੇ ਅੱਖੋ ਪਰੋਖੇ ਹੋਗੀ ਕਿਉਂਕਿ ਅਸਲੀ ਤਾਂ ਇਹ ਨੇ ਜੇ ਗੁਰੂ ਦੀ ਆਪਣੀ ਬਾਇਓਗ੍ਰਾਫੀ ਹੁੰਦੀ ਗੁਰੂ ਦੀ ਆਪਣੀ ਜੀਵਨ ਕਥਾ ਹੁੰਦੀ ਤਾਂ ਉਸ ਨੂੰ ਕੋਈ ਹੋਰ ਵਧੀਆ ਸ਼ਬਦ ਦਿੱਤਾ ਜਾਂਦਾ ਫਿਰ ਉਹਨਾਂ ਨੇ ਕਿਹਾ ਵੀ ਇਹ ਗੱਲ ਬਣਦੀ ਨਹੀਂ ਫਿਰ ਉਹਨੂੰ ਦਸਮ ਗ੍ਰੰਥ ਕਹਿਣ ਲੱਗੇ ਫਿਰ ਹੌਲੀ-ਹੌਲੀ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਕਹਿਣ ਲੱਗੇ ਤਾਂ ਮੇਰਾ ਮਤਲਬ ਤਾਂ ਕਹਿਣ ਦਾ ਇਹ ਆ ਹੁਣ ਦੂਸਰੇ ਪਾਸੇ ਹੋਰ ਗੱਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਦੇ ਵਿੱਚ ਕੰਪਲੀਟ ਹੂੰ ਉਸ ਨੂੰ ਅਸੀਂ ਕਹਿੰਦੇ ਪੋਥੀ ਪਰਮੇਸ਼ਰ ਦਾ ਥਾਨ ਹੂੰ ਜਿਹੜਾ ਸਿੱਖਾਂ ਦਾ ਜੋ ਗੁਰੂ ਗ੍ਰੰਥ ਸਾਹਿਬ ਹੈ ਉਹ ਰੱਬ ਦੀ ਰੱਬ ਹੈ ਸਿੱਖਾਂ ਲਈ ਹੂੰ ਜਿਹੜਾ ਰੱਬ ਆ ਉਹਦੇ ਚ ਤਾਂ ਨਾ ਤੁਸੀਂ ਕੁਝ ਪਾ ਸਕਦੇ ਹੋ ਨਾ ਉਸ ਚ ਤੁਸੀਂ ਕੱਢ ਸਕਦੇ ਹੋ ਕੰਪਲੀਟ ਆ ਹੂੰ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਦੇ ਵਿੱਚ ਕੰਪਲੀਟ ਆ ਪੂਰਨ ਆ ਸੰਪੂਰਨ ਆ ਤਾਂ ਹੋਰ ਕਿਸੇ ਗ੍ਰੰਥ ਦੀ ਕੀ ਜ਼ਰੂਰਤ ਆ ਹੂੰ ਹੋਰ ਕਿਸੇ ਗ੍ਰੰਥ ਦੀ ਲੋੜ ਹੈ ਹੀ ਨਹੀਂ ਹੂੰ ਤੋ ਇਸ ਕਰਕੇ ਇਹ ਸਾਰੀਆਂ ਚੁਸਤੀਆਂ ਚਲਾਕੀਆਂ ਕੀਤੀਆਂ ਜਾ ਰਹੀਆਂ ਕਿ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਤੋਂ ਤੋੜ ਦਿਓ ਉਹਨਾਂ ਦਾ ਵਿਸ਼ਵਾਸ ਤੋੜ ਦਿਓ ਉਸ ਦੇ ਸਾਹਮਣੇ ਇੱਕ ਸ਼ਰੀਕ ਖੜਾ ਕਰ ਦਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇੱਕ ਸ਼ਰੀਕ ਹੁਣੇ ਮੈਂ ਇੱਕ ਵੀਡੀਓ ਸੁਣਿਆ ਉੱਥੇ ਬੰਤਾ ਸਿੰਘ ਜਿਹੜੇ ਇਸ ਦੀ ਕਥਾ ਕਰਦਾ ਉਹ ਕਹਿੰਦਾ ਵੀ ਪੰਜਾਂ ਗੁਰੂ ਸਹਿਬਾਨ ਦਾ ਨਾਂ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਬੇਵਕੂਫ ਆਦਮੀ ਬੰਤਾ ਸਿੰਘ ਗੁਰੂ ਅਰਜਨ ਨੇ ਲਿਖਿਆ ਕੰਪਾਈਲ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੀ ਪੋਥੀ ਆ ਤਾਂ 6ਵੇਂ ਗੁਰੂ 7ਵੇਂ ਗੁਰੂ 8ਵੇਂ ਗੁਰੂ 9ਵੇਂ ਗੁਰੂ 10ਵੇਂ ਗੁਰੂ ਦਾ ਉਹਦੇ ਚ ਕਿਵੇਂ ਨਾ ਹੋ ਸਕਦਾ ਸੀ ਮਤਲਬ ਕਿਸ ਤਰੀਕੇ ਨਾਲ ਉਹ ਲੋਕਾਂ ਨੂੰ ਜਵਾਬ ਦੇ ਰਿਹਾ ਔਰ ਲੋਕ ਭੋਲੇ ਭਾਲੇ ਉੱਥੇ ਵਿਚਾਰੇ ਸੁਣ ਰਹੇ ਆ ਜੇ 1604 ਦੇ ਵਿੱਚ ਲਿਖਿਆ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਇਆ ਕੰਪਾਈਲ ਕਰਾਇਆ ਤਾਂ 6ਵੇਂ ਗੁਰੂ ਤੋਂ ਬਚਾਰੇ ਬਾਅਦ ਆਇਆ 7ਵੇਂ ਗੁਰੂ ਤੋਂ ਬਾਅਦ ਆਇਆ 8ਵੇਂ ਗੁਰੂ ਤੋਂ ਬਾਅਦ ਆਇਆ 9ਵੇਂ ਤੋਂ ਬਾਅਦ 10ਵੇਂ ਤੋਂ ਬਾਅਦ ਆਇਆ ਕਿ ਤਾਂ ਉਹਨਾਂ ਦਾ ਨਾਮ ਕਿਵੇਂ ਹੋ ਸਕਦਾ ਸੀ ਉਹਨੂੰ ਮੈਂ ਦੱਸਣਾ ਚਾਹੁੰਨਾ ਤੁਹਾਡੇ ਰਾਹੀ ਕਿ ਜਿਹੜੀ ਕਰਤਾਰਪੁਰੀ ਬੀੜ ਆ ਜਿਹੜੀ origignal ਬੀੜ ਆ ਜਿਹੜੀ 5ਵੇਂ ਪਾਤਸ਼ਾਹ ਨੇ ਲਿਖਵਾਈ ਆ ਉਸ ਬੀੜ 'ਚ ਦਸਾਂ ਗੁਰੂਆਂ ਦੇ ਨਾਮ ਜਿਹਨੂੰ ਪ੍ਰਮਾਣਿਕ ਮੰਨਿਆ ਜਾਂਦਾ ਉਨੂੰ ਸਿੱਖ ਪ੍ਰਮਾਣਿਕ ਮੰਨਦੇ ਆ ਉਸੇ ਦਾ ਇਹ ਉਸੇ ਦੀ ਜਿਹੜੇ ਸ੍ਰੀ ਗੁਰੂ ਜਿਹੜਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬਾ ਉਹਦੀ ਕਾਪੀ ਆ ਹਮ ਓਰਿਜਨਲ ਬੀੜ ਜਿਹੜੀ ਆ ਉਹ ਕਰਤਾਰਪੁਰ ਦੇ ਵਿੱਚ ਸੋਡੀਆਂ ਦੇ ਕੋਲ ਪਈ ਆ ਹਮ ਤੋਂ ਮੇਰਾ ਮਤਲਬ ਕਹਿਣ ਦਾ ਉਸ ਦੇ ਚ ਦਸਾਂ ਗੁਰੂਆਂ ਦੇ ਨਾਂ ਆ ਹਮ ਦਸਾਂ ਗੁਰੂਆਂ ਦੀ ਡੇਟ ਆਫ ਬਰਥ ਆ ਦਸਾਂ ਗੁਰੂਆਂ ਦੀ ਡੇਟ ਆਫ ਡਿਮਾਈਸ ਆ ਹਮ ਤੋਂ ਉਹ ਇੱਕ ਦੁਨੀਆ ਵਿੱਚ ਮੰਨਿਆ ਵਾ ਇੱਕੋ ਹੀ ਧਾਰਮਿਕ ਗ੍ਰੰਥ ਕਹੇ ਲੋ ਉਸ ਨੂੰ ਜਿਹਨੂੰ ਅਸੀਂ ਸਾਖਸ਼ਤ ਗੁਰੂ ਮੰਨਦੇ ਆ ਜਿਹੜਾ ਪ੍ਰੋਫਿਟ ਨੇ ਆਪਣੀ ਨਿਗਰਾਨੀ ਦੇ ਵਿੱਚ ਆਪਣੀ ਸੁਪਰਵਾਈਜ਼ਨ ਚ ਲਿਖਾਇਆ ਹੁਣ ਇੱਕ ਹੋਰ ਦੇਖੋ ਬੜੀ ਕਮਾਲ ਦੀ ਗੱਲ ਹਮ ਭਾਈ ਗੁਰਦਾਸ ਨੇ ਉਹ ਲਿਖਿਆ ਸਕ੍ਰਾਈਬ ਸੀ ਉਹਦਾ ਲਿਖਣ ਵਾਲੇ ਸੀ ਲਿਖਾਇਆ ਤਾਂ ਗੁਰੂ ਅਰਜਨ ਦੇਵ ਮਹਾਰਾਜ ਹਮ ਭਾਈ ਗੁਰਦਾਸ ਦੀਆਂ ਵਾਰਾਂ ਹਮ ਜਿਹੜੇ ਕਿ ਗੁਰੂ ਅਰਜਨ ਦੇਵ ਦੇ ਫਰਸਟ ਕਜ਼ਨ ਸੀ ਸਮਝੇ ਕਿ ਨਹੀਂ ਤਾਂ ਉਹ ਗੁਰੂ ਦੇ ਨੇੜੇ ਵੀ ਬਹੁਤ ਸੀਗੇ ਹਮ ਪਰ ਗੁਰੂ ਨੇ ਸਮਝਿਆ ਵੀ ਭਾਈ ਗੁਰਦਾਸ ਦਾ ਉਹ ਸਪਿਰਚੁਅਲ ਲੈਵਲ ਨਹੀਂ ਜਿਹੜੀ ਸਪਿਰਚੁਅਲਿਟੀ ਮੈਂ ਇਸ ਦੇ ਵਿੱਚ ਇੰਡਕਟ ਕਰਨੀ ਆ ਜਿਹੜੀ ਗੁਰੂ ਕੀ ਕਹ ਰਿਹਾ ਮੈਨੂੰ ਤਾਂ ਤੁਰਕੀ ਬਾਣੀ ਆ ਤੁਰਕੀ ਬਾਣੀ ਮੀ ਇਲਹਾਮ ਹੋ ਰਿਹਾ ਰੈਵਿਊਸ਼ਨ ਹੋ ਰਹੀ ਹੈ ਪਰਮਾਤਮਾ ਮੈਨੂੰ ਮੈਸੇਜ ਦੇ ਰਿਹਾ ਮੈਂ ਉਹ ਮੈਸੇਜ ਅੱਗੇ ਟ੍ਰਾਂਸਮਿਟ ਕਰ ਰਿਹਾ ਮੈਂ ਮੈਸੇਂਜਰ ਆ ਗੋਡ ਦਾ ਸਮਝੇ ਕਿ ਨਹੀਂ ਤੋ ਸਿੱਖਾਂ ਨੂੰ ਟਾਲ ਆਉਣ ਲਈ ਹਰ ਪਹਿਲੂ ਤੋਂ ਹਰ ਸੈਕਸ਼ਨ ਤੋਂ ਹਰ ਡਾਇਰੈਕਸ਼ਨ ਤੋਂ ਸਿੱਖਾਂ ਦੇ ਸਾਰੇ ਵੈਰੀ ਹੈ ਅੰਗਰੇਜ਼ ਵੀ ਵੈਰੀ ਹੈ ਇੰਗਲੈਂਡ ਵਾਲੇ ਜਿਸ ਤਰ੍ਹਾਂ ਬਲੂ ਸਟਾਰ ਦੇ ਵਿੱਚ ਉਹਨਾਂ ਨੇ ਇਹ ਇੰਡੀਅਨ ਸਟੇਟ ਦੀ ਮਦਦ ਕੀਤੀ ਹੂੰ ਉੱਥੇ ਸੋਵੀਅਤ ਯੂਨੀਅਨ ਵਾਲੇ ਵੀ ਵੈਰੀ ਸਿੱਖਾਂ ਦਾ ਕੋਈ ਮਿੱਤਰ ਨਹੀਂ ਹੈ ਹੂੰ ਕਿਉਂਕਿ ਸਿੱਖਾਂ ਕੋਲ ਇਸ ਕਿਸਮ ਦਾ ਸੰਕਲਪ ਹੈ ਹੂੰ ਵਰਡ ਆਰਡਰ ਹੈ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਤ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਦੇ ਵਿੱਚ ਸੰਪੂਰਨ ਹਾਂਜੀ ਉਹਦੀ ਉਹ ਸਾਰੀ ਜਿਹੜੀ ਸਿੱਖ ਦਾ ਜ਼ਿੰਦਗੀ ਆ ਹੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਦੀ ਆਦਰਸ਼ਲਾ ਹੂੰ ਉੱਥੋਂ ਹੀ ਉਸਨੇ ਆਪਣੀ ਜ਼ਿੰਦਗੀ ਦੀ ਹਰ ਚੀਜ਼ ਨੂੰ ਉਹਦੇ ਵਿੱਚੋਂ ਪਾਉਣਾ ਔਰ ਹੈ ਉਹਦੇ ਤੋਂ ਹੂੰ ਚਾਹੇ ਤਾਂ ਦੇਖੋ ਆਦਮੀ ਨੇ ਕੀ ਖਾਣਾ ਕੀ ਪੀਣਾ ਕਿਸ ਤਰ੍ਹਾਂ ਕਿੰਨਾ ਕੁ ਸੋਣਾ ਹੂੰ ਕਿੰਨਾ ਕੁ ਬੋਲਣਾ ਹੂੰ ਕਿੰਨਾ ਕੁ ਇੱਕ ਦੂਜੇ ਦੇ ਨਾਲ ਬਿਹਾਰ ਰਿਲੇਸ਼ਨਸ਼ਿਪ ਰੱਖਣੇ ਆ ਹੂੰ ਦੇਖੋ ਗੱਲਬਾਤ ਕਰਨ ਲਈ ਵੀ ਮਹਾਰਾਜ ਨੇ ਕੀ ਕਿਹਾ ਵਿਚ ਰਹੀਏ ਦੁਨੀਆ ਨਾਨਕ ਹੂੰ ਕਿਛ ਸੁਣੀਏ ਕਿਛ ਕਹੀਏ ਹੂੰ ਬਹੁਤੀਆਂ ਲੜਾਈਆਂ ਬੀਬਾ ਕਿਉਂ ਹੁੰਦੀਆਂ ਮੈਂ ਤੁਹਾਡੀ ਗੱਲ ਨਹੀਂ ਸੁਣਦਾ ਤੁਸੀਂ ਮੇਰੀ ਗੱਲ ਨਹੀਂ ਸੁਣਦੇ ਇਸੇ ਪਿੱਛੇ ਲੜਾਈਆਂ ਹੁੰਦੀਆਂ ਨਾ ਉਹ ਕਹਿੰਦੇ ਚੁੱਪ ਕਰ ਉਹ ਕਹਿੰਦੇ ਚੁੱਪ ਕਰ ਉਦੋਂ ਬਾਅਦ ਲੜਾਈ ਹੋ ਜਾਂਦੀ ਹੈ ਅੱਜ ਦੁਨੀਆ ਦੇ ਵਰਲਡ ਲੈਵਲ ਤੇ ਚੀਨ ਇੰਡੀਆ ਦੀ ਨਹੀਂ ਗੱਲ ਸੁਣਦਾ ਇੰਡੀਆ ਚੀਨ ਦੀ ਨਹੀਂ ਗੱਲ ਹੈ ਕਿ ਨਹੀਂ ਤਾਂ ਜੇ ਇੱਕ ਦੂਜੇ ਦੀ ਗੱਲ ਸੁਣ ਲੈਣ ਸੁਣ ਤੋਂ ਬਾਅਦ ਕੋਈ ਕਹਿ ਦੇਣ ਇੱਕ ਦੂਜੇ ਨੂੰ ਤਾਂ ਸੈਟਲਮੈਂਟ ਹੋ ਸਕਦੀ ਹੈ ਪਰ ਕਿਉਂਕਿ ਅਸੀਂ ਇੱਕ ਦੂਜੇ ਦੀ ਗੱਲ ਸੁਣਦੇ ਆਦੀ ਨਹੀਂ ਮਹਾਰਾਜ ਕਹਿ ਰਿਹਾ ਵੀ ਜੇ ਤੂੰ ਮਤਲਬ ਪੇਸ਼ੈਂਸ ਨਾਲ ਸੁਣ ਪਹਿਲਾਂ ਸੁਣ ਜੇ ਜ਼ਰੂਰਤ ਹੈ ਤਾਂ ਬੋਲ ਹਮ ਹੁਣ ਕੀ ਕੀਤਾ ਮੋਦੀ ਸਾਹਿਬ ਨੇ 19 ਜੂਨ ਨੂੰ ਇੱਕ ਸਟੇਟਮੈਂਟ ਦੇ ਦਿੱਤੀ ਹਮ ਕੀ ਸਟੇਟਮੈਂਟ ਦੇ ਦਿੱਤੀ ਕਿ ਭਾਈ ਨਾ ਇੰਡੀਆ ਮੇ ਕੋਈ ਘੁਸਾ ਹੈ ਨਾ ਕੋਈ ہماری ਕੋਈ ਟੈਰੀਟਰੀ ਉਹਨਾਂ ਨੇ ਕਾਬੂ ਕੀ ਹੈ ਔਰ ਹਮ ਕੋਈ ਐਸਾ ਚੀਜ਼ ਹੋਈ ਨਹੀਂ ਬੋਲਦੇ ਜ਼ਿਆਦਾ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੀਤਾ ਦੀ ਬਜਾਏ ਪੜਿਆ ਹੁੰਦਾ ਹਮ ਮੋਦੀ ਸਾਹਿਬ ਨੇ ਆ ਜਿਹੜਾ ਵਾਕ ਆ ਸੁਣਿਆ ਹੁੰਦਾ ਜਾਂ ਇਹਨੂੰ ਸਮਝਿਆ ਹੁੰਦਾ ਇਹ ਯਾਨੂ ਵਿਚਾਰਿਆ ਹੁੰਦਾ ਇਹ ਆਪਣੇ ਜੀਵਨ ਚ ਟਾਲਿਆ ਹੁੰਦਾ ਤਾਂ ਇਹ ਗੱਲ ਉਹਨਾਂ ਨੇ ਨਹੀਂ ਸਿੱਖਣੀ। ਹੂੰ ਉਹਨਾਂ ਨੇ ਸੋਚ ਕੇ ਕਹਿਣੀ ਸੀ। ਹੂੰ ਵਿੱਚ ਰਹੀਏ ਦੁਨੀਆ ਨਾਨਕ ਕਿਛ ਸੁਣੀਏ ਕਿਛ ਕਹੀਏ। ਹੂੰ ਇਹੀ ਗੱਲ ਨਹਿਰੂ ਜੀ ਨੇ ਕੀਤੀ। ਹੂੰ ਵੀ ਇੱਕ ਸਾਈ ਚੀਨ ਦੇ ਵਿੱਚ ਤਾਂ ਇੱਕ ਘਾਹ ਦਾ ਪੱਤਾ ਵੀ ਨਹੀਂ ਉਗਦਾ ਤੇ ਉਹ ਦੇਤਾ ਤਾਂ ਕੋਈ ਗੱਲ ਨਹੀਂ। ਉਹ ਦੋਨੇ ਚੀਜ਼ਾਂ ਅੱਜ ਹਿੰਦੁਸਤਾਨ ਦੇ ਗੱਲ ਦੇ ਵਿੱਚ ਜਿਸ ਦਾ ਇੱਕ ਹੱਡੀ ਫਸੀ ਹੁੰਦੀ ਹੈ ਨਾ ਹੱਡੀ ਆ ਫਸੀ ਹੈ। ਕਿਉਂ ਫਸੀਆਂ? ਕਿਉਂਕਿ ਉਹ ਜ਼ਰੂਰਤ ਤੋਂ ਜ਼ਿਆਦਾ ਬੋਲੇ। ਹੂੰ ਤੋ ਇਸੇ ਤਰੀਕੇ ਨਾਲ ਤੁਹਾਡਾ ਆਹ ਮੋਹਨ ਭਗਵਤ ਕਹਿੰਦਾ ਵੈ ਤਿੰਨ ਦਿਨਾਂ ਦੇ ਵਿੱਚ ਇੱਕ ਆਰਮੀ ਖੜੀ ਕਰ ਸਕਦਾ ਜਿਹਨੂੰ ਹਿੰਦੁਸਤਾਨ ਦੀ ਫੌਜ ਵਾਲੇ 6-6 ਮਹੀਨੇ ਸਾਲ-ਸਾਲ ਟ੍ਰੇਨਿੰਗ ਲਾਉਂਦੇ ਲਾਉਂਦੇ ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਬੋਲ ਰਿਹਾ ਤੋ ਗੱਲ ਜ਼ਰੂਰਤ ਐਜ ਇਸ ਗੱਲ ਦੀ ਆ ਦੁਨੀਆਂ ਲਈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੋਖ ਲੈ ਉਸ ਨੂੰ ਸਮਝ ਲੈਣ ਉਸ ਨੂੰ ਆਪਣੇ ਜੀਵਨ ਚ ਟਾਲ ਲੈਣ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਉਹ ਸਿੱਖਾਂ ਦਾ ਨਹੀਂ ਕੱਲਿਆਂ ਦਾ ਉਹ ਮਾਨਵਤਾ ਦਾ ਵਿਰਸਾ ਹੂੰ ਦੁਨੀਆ ਦਾ ਵਿਰਸਾ ਹੂੰ ਉਸ ਦੇ ਵਿੱਚ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਕਿਸੇ ਹੋਰ ਗ੍ਰੰਥ ਕਿਸੇ ਹੋਰ ਕਿਤਾਬ ਕਿਸੇ ਹੋਰ ਜਗ੍ਹਾ ਹੈ ਹੀ ਨਹੀਂ ਜੇ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੈ ਹੂੰ ਕੰਪਲੀਟ ਆ ਆਪਣੇ ਆਪ ਹੋਲ ਆ ਡਬਲਯੂ ਐਚਓ ਐਲੀ ਹੂੰ ਉਹਦਾ ਮਤਲਬ ਸਭ ਕੁਝ ਉਹਦੇ ਵਿੱਚ ਆ ਤਾਂ ਤੁਹਾਨੂੰ ਹੋਰ ਕਿਸੇ ਕਿਤਾਬ ਦੀ ਕੀ ਲੋੜ ਆ ਹੂੰ ਹੋਰ ਕਿਸੇ ਕਿਤਾਬ ਦੀ ਜਾਂ ਗ੍ਰੰਥ ਦੀ ਤਾਂ ਲੋੜ ਪੈਗੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਨਕੰਪਲੀਟ ਹ ਸੰਪੂਰਨ ਨਹੀਂ ਹੈ ਤੋ ਇਸ ਕਰਕੇ ਉਹ ਭੁੱਲੜ ਜਿਹੜੇ ਸਿੱਖ ਆ ਜਿਹੜੇ ਚੱਕੀ ਫਿਰਦੇ ਆ ਬਚਿੱਤਰ ਨਾਟਕ ਨੂੰ ਆਪਣੇ ਸਿਰ ਦੇ ਉੱਤੇ ਆਪਣੇ ਮੱਥੇ ਨਾਲ ਲਾ ਕੇ ਉਹਨਾਂ ਨੂੰ ਮੈਂ ਇਹ ਗੱਲ ਸਮਝਾਉਣੀ ਚਾਹੁੰਦਾ ਇੱਕੋ ਹੀ ਗੱਲ ਸਮਝ ਲਓ ਹ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਉਹ ਪ੍ਰਾਇਮਰੀ ਆ ਬਾਕੀ ਸਾਰੀਆਂ ਚੀਜ਼ਾਂ ਸੈਕੰਡਰੀ ਆ ਕਿਸੇ ਹੋਰ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਹੀ ਨਹੀਂ ਗੁਰੂ ਸਾਰਾ ਕੁਝ ਹਰ ਪਹਿਲੂ ਤੋਂ ਆਦਮੀ ਔਰਦ ਦਾ ਕੀ ਰਿਸ਼ਤਾ ਔਰਦ ਦਾ ਇਸ ਸਮਾਜ ਦੇ ਵਿੱਚ ਸਥਾਨ ਸਮਾਜ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਵਿਚਰਨਾ ਸਮਝ ਗਏ ਨਹੀਂ ਸਾਰੀਆਂ ਚੀਜ਼ਾਂ ਉਹਦੇ ਚ ਦਿੱਤੀਆਂ ਕੀ ਖਾਣਾ ਤਨ ਵੀ ਨਾ ਪੀੜਿਆ ਜਾਏ ਮਨ ਵੀ ਨਾ ਪੀੜਿਆ ਜਾਏ ਹਰ ਚੀਜ਼ ਸੋਣਾ ਇਸ਼ਨਾਨ ਕਰਨਾ ਆਪਣੇ ਜਿਸਮ ਨੂੰ ਸਾਫ਼ ਸੁਥਰਾ ਰੱਖਣਾ ਹਰ ਚੀਜ਼ ਜੇ ਉਹਦੇ ਚ ਹੈ ਨਹੀਂ ਤਾਂ ਤੁਸੀਂ ਦੂਸਰਾ ਗ੍ਰੰਥ ਲੈ ਕੇ ਆਓ ਤੋ ਇਸ ਕਰਕੇ ਉਹ ਲੋਕ ਜਿਹੜੇ ਬਚਿੱਤਰ ਨਾਟਕ ਨੂੰ ਆਪਣੀ ਛਾਤੀ ਨਾਲ ਤੇ ਆਪਣੇ ਮਨ ਚ ਬਸਾਉਣ ਦੀ ਕੋਸ਼ਿਸ਼ ਕਰਦੇ ਉਹ ਭੁੱਲੜ ਹੂੰ ਉਹ ਉਹਨਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦੀ ਸਮਝ ਨਹੀਂ ਉਹ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਜੀਵਨ ਚ ਢਾਲ ਲਓ ਹੂੰ ਤੁਹਾਨੂੰ ਹਰ ਸੁੱਖ ਮਿਲੇਗਾ ਹੂੰ ਸਮਝੇ ਕਿ ਨਹੀਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਉਹ ਪੂਜਾ ਦਾ ਸਥਾਨੀ ਹੈ ਹੂੰ ਉਹਨਾਂ ਮੰਨਤਾ ਦੀ ਗੱਲ ਆ ਵੀ ਉੱਥੇ ਜਾ ਕੇ ਤੁਸੀਂ ਕਹੋ ਬਿਮਾ ਇਨਾ ਪੈਸਾ ਲੁੱਟ ਲਾਂ ਜਿਹੜਾ ਦੁਨੀਆ 'ਚ ਕਿਸੇ ਕੋਲ ਇਹੋ ਜੀ ਕੋਈ ਚੀਜ਼ ਨਹੀਂ ਉਹ ਇੱਕ ਰੈਵੋਲੂਸ਼ਨਰੀ ਡਾਕੂਮੈਂਟਰੀ ਦੁਨੀਆ ਦੇ ਵਿੱਚ ਇੱਕ ਨਵੀਂ ਚੀਜ਼ ਲੈ ਕੇ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਕਿਸੇ ਹੋਰ ਕੋਲ ਨਹੀਂ ਹੈਗਾ ਉਹ ਸਿਰਫ ਸਿੱਖਾਂ ਦੇ ਕੋਲ ਸਿੱਖਾਂ ਦੇ ਕੋਲ ਜੇ ਰਾਜ ਨਹੀਂ ਹੈ ਤਾਂ ਉਹਨਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਔਰ ਉਹ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਜੀਵਨ 'ਚ ਪੜਾਲ ਲੈਣ ਤਾ ਸਭ ਕੁਝ ਹੈ ਉਹਨਾਂ ਕੋਲ ਔਰ ਜਿਹੜਾ ਕਿਸੇ ਹੋਰ ਕੋਲ ਨਹੀਂ ਹੈ ਹਮ ਨਾ ਅੱਛਾ ਹੁਣ ਇਹ ਆ ਦੇਖੋ ਕੀ ਆ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਸਿੰਬਲ ਆਫ ਕੰਪੈਸ਼ਨੇਟ ਹਿਊਮਨਿਜ਼ਮ ਹਮ ਕੰਪੈਸ਼ਨੇਟ ਕਿਤਨਾ ਕੰਪੈਸ਼ਨ ਉਹਦੇ ਵਿੱਚ ਮਤਲਬ ਕਿਸੇ ਬੰਦੇ ਦੇ ਉੱਤੇ ਤਰਸ ਕਰਨਾ ਕਿਸੇ ਬੰਦੇ ਤੇ ਰਹਿਮਤ ਕਰਨੀ ਹੁਣ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਆ ਲਫ਼ਜ਼ ਆਉਂਦਾ ਬਾਰ-ਬਾਰ ਹਮ ਬਦਲਾ ਨਹੀਂ ਬਦਲਾ ਨਹੀਂ ਸਿੱਖਾ ਸਿੱਖਾਂ ਨੇ ਕਿਸੇ ਤੋਂ ਬਦਲਾ ਨਹੀਂ ਲੈਣਾ ਹੂੰ इवन ਮੋਨਪਖ ਤੋਂ ਨਹੀਂ ਲੈਣਾ ਹੂੰ इवन ਮੋਦੀ ਤੋਂ ਨਹੀਂ ਲੈਣਾ इवन ਕਿਸੇ ਹੋਰ ਤੋਂ ਨਹੀਂ ਲੈਣਾ ਸਿੱਖਾਂ ਨੇ ਸਭ ਨੂੰ ਇਨਸਾਫ ਦੇਣਾ ਇਨਸਾਫ ਲੈਣਾ ਹੂੰ ਤੋਂ ਇਸ ਕਰਕੇ ਨਾ ਕੋਈ ਸਾਡਾ ਵੈਰੀ ਨਾ ਹੀ ਸਾਨੂੰ ਕੋਈ ਬੇਗਾਨਾ ਹੂੰ ਸਗਲ ਸੰਗ ਬਣਾਈ ਆ ਸਾਡੀ ਤਾਂ ਤੋਂ ਮਹਾਰਾਜ ਦਾ ਆਦੇਸ਼ ਹੈ ਔਰ ਐਸੀ ਕਿਸਮ ਦਾ ਰਾਜ ਸਿੱਖਾਂ ਨੇ ਕਰਕੇ ਦਿਖਾਇਆ ਕਿਉਂਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਕਨਸਟੀਟਿਊਸ਼ਨਾ ਉਸ ਨੂੰ ਮੱਦੇਨਜ਼ਰ ਰੱਖਿਆ ਜੀ ਦੇ ਵਿੱਚ ਕਿਸੇ ਤੇ ਕੋਈ ਜ਼ੁਲਮ ਨਹੀਂ ਹੋਇਆ ਕਿਸੇ ਨੂੰ ਮਜਬੂਰ ਨਹੀਂ ਕੀਤਾ ਗਿਆ ਵੀ ਤੂੰ ਧਰਮ ਬਦਲ ਲੈ ਆਪਣਾ ਤੋਂ ਇਸ ਕਰਕੇ ਹੁਣ ਦੂਸਰੀ ਦੇਖੋ ਸੰਤੋਖ ਸਿੰਘ ਦਾ ਗ੍ਰੰਥ ਆ ਕੀ ਆ ਸੰਤੋਖ ਸਿੰਘ ਉਹ ਗੁਰੂ ਥੋੜਾ ਦਾ ਸੰਤੋਖ ਸਿੰਘ ਇੱਕ ਲਿਖਾਰੀ ਆ ਹੂੰ ਸਮਝੇ ਕਿ ਨਹੀਂ ਸੂਰਜ ਪ੍ਰਕਾਸ਼ ਉਹ ਲਿਖਾਰੀ ਆ ਉਹ ਸੈਕੰਡਰੀ ਵਰਕ ਆ ਅਸੀਂ ਉਸ ਨੂੰ ਇਤਿਹਾਸ ਦੇ ਹਿਸਟੋਰੀਓਗ੍ਰਾਫੀ ਚ ਕੀ ਕਹਿੰਦੇ ਆ ਪ੍ਰਾਇਮਰੀ ਸੋਰਸ ਇੱਕ ਸੈਕੰਡਰੀ ਸੋਰਸ ਪ੍ਰਾਇਮਰੀ ਸੋਰਸ ਆ ਜਿਹੜਾ ਉਹ ਸਾਡਾ ਦਸਤਾਵੇਜ਼ ਹੈ ਉਸ ਦੇ ਵਿੱਚ ਅਸੀਂ ਤਬਦੀਲੀ ਨਹੀਂ ਕਰ ਸਕਦੇ ਪਰ ਉਸ ਨੂੰ ਅੱਗੇ ਰੱਖ ਕੇ ਜਿਹੜੇ ਸੈਕੰਡਰੀ ਸੋਰਸਸ ਆ ਉਹਨਾਂ ਦੀ ਅਸੀਂ छानबीन ਕਰ ਸਕਦੇ ਆ ਇਸੇ ਤਰੀਕੇ ਗਿਆਨੀ ਗਿਆਨ ਸਿੰਘ ਦੀ ਰਾਈਟਿੰਗ ਆ ਇਸੇ ਤਰੀਕੇ ਰਤਨ ਸਿੰਘ ਭੰਗੂ ਦਾ ਪੰਥ ਪ੍ਰਕਾਸ਼ ਹੈਗਾ ਹੋਰ ਅਨੇਕਾ ਭਾਈ ਵੀਰ ਸਿੰਘ ਦੀ ਕੰਮ ਆ ਭਾਈ ਕਾਨ ਸਿੰਘ ਦਾ ਕੰਮ ਆ ਜਾਨੀ ਦਿੱਤ ਸਿੰਘ ਦਾ ਕਾਮਾ ਪ੍ਰੋਫੈਸਰ ਗੁਰਮukh ਸਿੰਘ ਦਾ ਕਾਮਾ ਡਾਕਟਰ ਗੰਡਾ ਸਿੰਘ ਦਾ ਕਾਮਾ ਪ੍ਰਿੰਸੀਪਲ ਤੇਜਾ ਸਿੰਘ ਦਾ ਕਾਮਾ ਕਿੰਨੇ ਨੌ ਲਮਾਂ ਉਹ ਕੋਈ ਪੂਰਨ ਥੋੜੋ ਹੈਗੇ ਸੰਪੂਰਨ ਇੱਕ ਹੀ ਚੀਜ਼ ਹੈ ਸਾਡੇ ਕੋਲ ਇੱਕ ਹੀ ਦਸਤਾਵੇਜ਼ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਖਸ਼ਾਤ ਜਿਉਂਦਾ ਜਾਗਦਾ ਗੁਰੂ ਹੈ ਪੋਥੀ ਪਰਮੇਸ਼ਰ ਕਾ ਥਾਨ ਮਹਾਰਾਜ ਨੇ ਆਪ ਲਿਖਿਆ ਉਸ ਦੇ ਵਿੱਚ ਤੋ ਉਸ ਨੂੰ ਟਾਲ ਆਉਣ ਦੀ ਕੋਸ਼ਿਸ਼ ਆ ਚਾਹੇ ਤਾਂ ਤੁਸੀਂ ਉਸ ਦੀ ਬੇਅਦਬੀਆਂ ਕਰਾ ਦਿਓ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵੇਲੇ ਆਹੀ ਹੁਣ ਆ ਜਿਹੜਾ ਫਸਿਆ ਵਿਆ ਕੀਏ ਦਾ ਨਾਮ ਹੈ ਡੀਜੀਪੀ ਹਮ ਸੈਣੀ ਉਸ ਨੂੰ ਬਣਾਉਣ ਵਾਲਾ ਕੌਣ ਆ ਹਲੇ ਤੁਸੀਂ ਸੌ ਨਹੀਂ ਖਾਧੀ ਉਸ ਤੋਂ ਪਹਿਲਾਂ ਇਹਨੇ ਜੱਫੀ ਪਾ ਕੇ ਜਿਹੜਾ ਸੁਖਵੀਰ ਆ ਉਸਨੇ ਕਿਹਾ ਵੀ ਤੂੰ ਡੀਜੀਪੀ ਬਣ ਜਾ ਹਜ਼ਾਰਾਂ ਸੇ ਬੇਗੁਨਾਹ ਸਿੱਖਾਂ ਦਾ ਕਾਤਲ ਉਸ ਨੂੰ ਤੁਸੀਂ ਡੀਜੀਪੀ ਕੌਣ ਬਣਾਉਣ ਵਾਲਾ ਸੁਖਵੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹੀ ਬਣਾਉਣ ਵਾਲੇ ਹਨ ਤੋ ਇਸ ਕੀ ਸਬੂਤ ਆ ਇਸ ਗੱਲ ਦਾ ਇਹ ਸਬੂਤ ਹੈ ਸਿੱਧੇ ਤੌਰ ਦੇ ਉੱਤੇ ਵੀ ਸਾਡੇ ਵਿੱਚ ਬੈਠਾ ਮਸੰਦ ਬਹੁਤ ਜ਼ਿਆਦਾ ਤਾਕਤਵਰ ਆ ਔਰ ਬਹੁਤ ਛੜ ਕਰ ਰਿਹਾ ਔਰ ਉਹ ਛੜ ਕਰਕੇ ਸਾਡਾ ਜਿਹੜਾ ਮਤਲਬ ਅਕੀਦਾ ਹੈ ਸਾਡਾ ਵਿਸ਼ਵਾਸ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਹੜੀ ਜਉਂਦੀ ਜਾਗਦੀ ਜੋਤ ਹੈ ਲਿਵਿੰਗ ਕਾਰਪੋਰੇਟ ਗੁਰੂ ਹੈ ਉਸ ਤੋਂ ਸਾਨੂੰ ਤੋੜਨਾ ਚਾਹੁੰਦੇ ਸਾਰੇ ਸਿੱਖਾਂ ਦੇ ਬਾਹਰਲੇ ਦੁਸ਼ਮਣ ਹੋਰ ਸਿੱਖਾਂ ਦੇ ਅੰਦਰਲੇ ਦੁਸ਼ਮਣ ਹੁਣ ਮੰਗਲਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਤੁਸੀਂ ਉੱਥੇ ਮਤਲਬ ਸੋ ਕਾਰਡ ਆ ਜਿਹੜਾ ਜਿਹਨੂੰ ਦਸਮ ਗ੍ਰੰਥ ਕਹਿੰਦੇ ਆ ਮੈਂ ਤਾਂ ਉਹਨੂੰ ਕਹਿੰਦਾ ਹੀ ਨਹੀਂ ਉਹਦਾ ਸਾਰੇ ਦਾ ਸਾਰਾ ਬਚਿੱਤਰਨਾਟਕ ਬਚਿੱਤਰਨਾਟਕ ਦੀ ਤੁਸੀਂ ਕਥਾ ਕਰਾ ਰਹੇ ਹੋ ਤਾਂ ਤੁਸੀਂ ਘਰ ਕੀ ਰਹੇ ਹੋ ਭੱਲੇ ਲੋਕੋ ਪਹਿਲਾਂ ਇਹਦੀ 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 ਉਹ ਤੋਂ ਸਮਝੋ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਲੀਟਲ ਕਰ ਰਹੇ ਹੋ ਸਿੱਖਾਂ ਨੇ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਮਾਣਿਕ ਮੰਨਣਾ ਉਹਦੀ ਆਥੈਂਟਿਸਿਟੀ ਉਹਦੀ ਇੰਟੈਗ੍ਰਿਟੀ ਉਹਦਾ ਕੰਟੈਂਟ ਉਹਦੀ ਆਥਰਸ਼ਿਪ ਉਹਦੀ ਡੇਟਿੰਗ ਜਿਹੜੀ ਆ ਕਿ ਪ੍ਰੂਨ ਆਲ ਓਵਰ ਦੀ ਵਰਲਡ ਹਮ ਤੋ ਉਹਦੀ ਸਾਡੇ ਕੋਲ ਉਹੀ ਬੀੜ ਜਿਹੜੀ ਮਹਾਰਾਜ ਨੇ ਲਿਖਵਾਈ ਸੀ 1604 ਦੇ ਵਿੱਚ ਉਹ ਉਸੇ ਤਰੀਕੇ ਦੇ ਨਾਲ ਕਰਤਾਰਪੁਰ ਸਾਹਿਬ ਦੇ ਵਿੱਚ ਪਈ ਹਮ ਉਸ ਦਾ ਆਪਣਾ ਇਤਿਹਾਸ ਉਸ ਬੀੜ ਦਾ ਇਹਨਾਂ ਦੀ ਤਾਂ ਇੱਕ ਬੀੜੇ ਨਹੀਂ ਹੈਗੀ ਹਮ ਕਿੰਨੇ ਹੀ ਬਿੜਾ ਇਹਨਾਂ ਦੀ ਹੂੰ ਚਾਰ ਚਾਰ ਨੂੰ ਇਹ ਪ੍ਰਮਾਣਿਕ ਮੰਨਦਾ ਚਾਰ ਤੋਂ ਵੀ ਵੱਧ ਹੂੰ ਉਹਦੇ ਵਿੱਚ ਕਿਸੇ ਦੇ ਕਿੰਨੇ ਪੇਜ ਆ ਕਿਸੇ ਦੇ ਕਿੰਨੇ ਪੇਜ ਆ ਕਿਸੇ 'ਚ ਆ ਹੈ ਕਿਸੇ 'ਚ ਉਹ ਹੈ ਹੂੰ ਤੋਂ ਇਸ ਕਰਕੇ ਉਹ ਸਾਰੀ ਕੋਸ਼ਿਸ਼ ਹੈ ਬਹਿਵਲ ਕਲਾਂ ਦੇ ਵਿੱਚ ਜਾਂ ਉੱਥੇ ਜਿੱਥੇ ਵੀ ਜੋ ਕੁਝ ਹੋਇਆ ਹੂੰ ਉਹ ਸਾਰੀ ਸਾਜ਼ਿਸ਼ ਹੈ ਬਹੁਤ ਵੱਡੀ ਹੂੰ ਜਿਹਦੇ ਵਿੱਚ ਬਾਹਰਲਾ ਦੁਸ਼ਮਣ ਵੀ ਅੰਦਰਲਾ ਦੁਸ਼ਮਣ ਵੀ ਆਪਸ ਵਿੱਚ ਮਿਲੇ ਹੋਏ ਆ ਇਸੇ ਤਰੀਕੇ ਸਿੱਖਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਹੂੰ ਉਹਨਾਂ ਨੂੰ ਗਾਇਬ ਕਰ ਦੇਣਾ ਕਿੱਥੇ ਹਵਾ ਚ ਉੱਡ ਗਏ ਭਾਈ ਦੱਸੋ ਤਾਂ ਸਹੀ ਤੁਸੀਂ ਕਿੱਥੇ ਤਾਂ ਇਸੇ ਤਰੀਕੇ ਦੇ ਨਾਲ ਹੁਣ ਉਸ ਦੇ ਉੱਤੇ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਚੁੱਪ ਕਰਕੇ ਬੈਠਾ ਔਰ ਜਿਹੜਾ ਉਹ ਸਰਸਾ ਹੈਗਾ ਉਹ ਕਰਵਾ ਰਿਹਾ ਆਪਣੀ ਡਿਕਰਾਨੀ ਤੇ ਸਰਸਾ ਕੌਣ ਸਰਸਾ ਆਰਐਸਐਸ ਦਾ ਬੰਦਾ ਹੈਗਾ ਤਾਂ ਇੱਥੇ ਕੋ ਕਾਲ ਕਾਲ ਵੀ ਤੁਹਾਡੀ ਕੀ ਵਿਦਵਤਾ ਹੈ ਕੀ ਸਕਾਲਰਸ਼ਿਪ ਹੈ ਕਿਸ ਕਿਸਮ ਦਾ ਤੁਹਾਨੂੰ ਸਮਝ ਤੇ ਗਿਆਨਕ ਕਿਹੜੀ ਤੁਸੀਂ ਰਿਸਰਚ ਕੀਤੀ ਹੈ ਜਿਸ ਰਿਸਰਚ ਦੇ ਆਧਾਰ ਤੇ ਤੁਸੀਂ ਇਸ ਕਿਸਮ ਦਾ ਕੰਮ ਕਰਾ ਰਹੇ ਆ ਆ ਜਿਹੜੇ ਉیوں ਪੈਸੇ ਵਟੋਰਨ ਵਾਲੇ ਸੋਕਲ ਪ੍ਰਚਾਰਕ ਹੈਗੇ ਆ ਇਹ ਸਾਰਾ ਨਾਸਬਾ ਰਹੇ ਇਸੇ ਤਰੀਕੇ ਨਾਲ ਸੰਤ ਸਮਾਜ ਆ ਉਹ ਮਤਲਬ ਇਸ ਨੂੰ ਮੱਥਾ ਟੇਕਦਾ ਇਹ ਆ ਜਿਹੜੀ ਟਕਸਾਲ ਆ ਉਹ ਇਸ ਨੂੰ ਮੱਥਾ ਟੇਕਦੀ ਆ ਆ ਜਿਹੜੇ ਰਣਧੀਰ ਸਿੰਘ ਵਾਲੇ ਆ ਅਖੰਡ ਕੀਰਤਨੀ ਉਹ ਇਹਨੂੰ ਮੱਥਾ ਟੇਕਦੇ ਆ ਸੰਤ ਸਮਾਜ ਵਾਲੇ ਇਹਨੂੰ ਮੱਥਾ ਟੇਕਦੇ ਆ ਉਹ ਸਾਰੇ ਗੁਨਾਹਗਾਰ ਹੂੰ ਉਹ ਗੁਰੂ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਬੇਮਖ ਲੋਕ ਹੂੰ ਕਿਉਂਕਿ ਉਹਨਾਂ ਨੂੰ ਉਹ ਮਤਲਬ ਕਿਸੇ ਗੱਲ ਦੇ ਉੱਤੇ ਉਹਨਾਂ ਨੂੰ ਸਮਝ ਹੀ ਨਹੀਂ ਹੂੰ ਸਮਝ ਤੋਂ ਬਿਲਕੁਲ ਉੱਪਰ ਸਮਝ ਤੋਂ ਪਾਸੇ ਹੋਏ ਹੋਏ ਆ ਉਹ ਲੋਕ ਤੋਂ ਮੈਂ ਤੁਹਾਡੇ ਰਾਹੀਂ ਹੂੰ ਸਾਰੇ ਸਿੱਖ ਸਮਾਜ ਨੂੰ ਇਹ ਬੇਨਤੀ ਕਰਦਾ ਕਿ ਸਿਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਹੋਰ ਪੋਥੀ ਕੋਈ ਹੋਰ ਗ੍ਰੰਥ ਕੋਈ ਹੋਰ ਕਿਤਾਬ ਕੋਈ ਹੋਰ ਕਿਸੇ ਦਾ ਦਸਤਾਵੇਜ਼ ਸਿੱਖਾਂ ਦੇ ਲਈ ਰਿਲੇਵੈਂਟ ਨਹੀਂ ਹੈ ਉਸ ਦੇ ਵਿੱਚ ਕੁਝ ਵੀ ਹੋ ਸਕਦਾ ਉਹਨੂੰ ਤੁਸੀਂ ਛੱਡ ਉਹਦੀ ਛਾਣਬੀਨ ਵੀ ਕਰ ਸਕਦੇ ਹੋ ਅਜਿਵੇਂ ਤੁਹਾਨੂੰ ਮੈਂ ਦੱਸਿਆ ਸੂਰਜ ਪ੍ਰਕਾਸ਼ ਉਹਦੇ ਚ ਜਿਹੜੀ ਚੀਜ਼ ਤੁਹਾਨੂੰ ਠੀਕ ਲੱਗਦੀ ਆ ਕੱਢ ਲਓ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨਕੂਲਾ ਨੂੰ ਰੱਖ ਲਓ ਬਾਕੀ ਨੂੰ ਤੁਸੀਂ ਸਿੱਟ ਦਿਓ ਇਸੇ ਤਰੀਕੇ ਦੇ ਨਾਲ ਗਿਆਨੀ ਗਿਆਨ ਸਿੰਘ ਦਾ ਕੰਮ ਹੈ ਇਸੇ ਤਰੀਕੇ ਦੇ ਨਾਲ ਰਤਨ ਸਿੰਘ ਭੰਗੂ ਦਾ ਕੰਮ ਹੈ ਪੰਥ ਪ੍ਰਕਾਸ਼ ਤੋਂ ਇਸ ਕਰਕੇ ਹੋਰ ਸਾਰੇ ਕਿੱਡੇ ਵੱਡੇ ਰਾਈਟਰ ਤੋ ਅੱਜ ਤੱਕ ਕੋਈ ਐਸਾ ਸ਼ਬਦ ਨਹੀਂ ਕੋਈ ਐਸੀ ਵਿਆਖਿਆ ਨਹੀਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੜਪਣ ਨੂੰ ਉਹਦੀ ਯੂਨੀਕਨੈਸ ਨੂੰ ਉਹਦੀ ਗ੍ਰੇਟਨੈਸ ਨੂੰ ਉਹਦੇ ਗ੍ਰੈਂਜਰ ਨੂੰ ਆਪਣੇ ਲਫ਼ਜ਼ਾਂ ਵਿੱਚ ਕੈਪਚਰ ਕਰ ਲੇ ਕਿਉਂਕਿ ਲਫ਼ਜ਼ਾਂ ਦੀ ਵੀ ਆਪਣੀ ਲਿਮਿਟੇਸ਼ਨ ਕਿਸੇ ਆਦਮੀ ਦੇ ਦਿਮਾਗ ਦੀ ਵੀ ਆਪਣੀ ਲਿਮਿਟੇਸ਼ਨ ਹੈ ਤੋ ਜਿਹੜਾ ਜੇ ਗੁਰੂ ਆ ਪਰਮੇਸ਼ਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋ ਉਸ ਨੂੰ ਲਫ਼ਜ਼ਾਂ ਚ ਥੋੜੂ ਤੁਸੀਂ ਅੰਕਿਤ ਕਰ ਸਕੋ ਲਫ਼ਜ਼ਾਂ ਦੀ ਤਾਂ ਆਪਣਾ ਇਤਿਹਾਸਾ 2 2000 ਸਾਲ ਤੋਂ ਪਹਿਲਾਂ ਤਾਂ ਜ਼ਬਾਨ ਹੁੰਦੀਆਂ ਹੀ ਨਹੀਂ ਸੀਗੀਆਂ ਤੋ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਯੂਨੀਕਨੈਸ ਗ੍ਰੇਟਨੈਸ ਗ੍ਰੈਂਜਰ ਨੂੰ ਮੇਅਰ ਲਫ਼ਜ਼ਾਂ ਚ ਨਹੀਂ ਕਰ ਸਕਦੇ ਉਸ ਨੂੰ ਤੁਸੀਂ ਰੀਅਲਾਈਜ਼ ਕਰ ਸਕਦੇ ਔਰ ਵਰਡ ਵੀ ਉਹ ਸਿੱਖਾਂ ਦਾ ਪਿਆਰ ਪਿਆਰ ਦੀ ਕੋਈ ਡਾਈਮੈਂਸ਼ਨ ਥੋੜਾ ਉਹ ਏ ਥੋੜੋ ਵੀ ਇੰਨਾ ਉੱਚਾ ਇੰਨਾ ਲੰਬਾ ਇੰਨਾ ਮੋਟਾ ਇੰਨਾ ਪਤਲਾ ਲੋ ਉਹ ਉਹ ਨੂੰ ਤਾਂ ਤੁਸੀਂ ਰੀਅਲਾਈਜ਼ ਕਰ ਸਕਦੇ ਹੋ ਅਨੁਭਵ ਕਰ ਸਕਦੇ ਹੋ ਸਿੱਖਾਂ ਦਾ ਫਰਜ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਿਆਰ ਪਾਉਣ ਉਸ ਦਾ ਸਤਿਕਾਰ ਕਰਨ ਪਿਆਰ ਦੇ ਨਾਲ ਸਤਿਕਾਰ ਕਰਨ ਹੂੰ ਸਮਝੇ ਕਿ ਨਹੀਂ ਤਾਂ ਉਸ ਨੂੰ ਫਿਰ ਸਮਝਣ ਦੀ ਉਸ ਦੇ ਨਾਲ ਡਾਇਲੋਗ ਕਰਨ ਹੂੰ ਕਹੇ ਪ੍ਰਮਾਤਮਾ हे ਅਕਾਲਪੁਰਖੇ ਸੱਚੇ ਪਾਤਸ਼ਾਹ ਤੂੰ ਮੈਨੂੰ ਇਸ ਗੱਲ ਦਾ ਗਿਆਨ ਦੇ ਕਿ ਮੈਂ ਤੇਰਾ ਥੋੜਾ ਬਹੁਤ ਤੇਰੇ ਬਾਰੇ ਸਮਝ ਸਕਾਂ ਤੋ ਇਸ ਕਰਕੇ ਅੱਜ ਜ਼ਰੂਰਤ ਹੈ ਕਿ ਸਿੱਖ ਆਪਣੇ ਅੰਦਰਲੇ ਦੁਸ਼ਮਣਾਂ ਨੂੰ ਪਛਾਣਨ ਬਾਹਰ ਲਿਆਂ ਦੀ ਤਾਂ ਪਛਾਣ ਹੈਗੀ ਉਹਨੂੰ ਤੋ ਇਸ ਕਰਕੇ ਅੱਜ ਲੜਾਈ ਹੈ ਜਿਹੜੀ ਸਿੱਖ ਦੀ ਉਹ ਅੰਦਰਲੇ ਦੁਸ਼ਮਣ ਨਾਲ ਹੂੰ ਤੋ ਅੱਜ ਜ਼ਰੂਰਤ ਆ ਚਾਹੇ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਵੀਂ ਦਾ ਸਵਾਲ ਲੈ ਲਓ ਇਹ ਸਾਰੀ ਇੱਕ ਉਹ ਪ੍ਰੋਸੈਸ ਹੈ ਕਿ ਕਿਸ ਤਰੀਕੇ ਨਾਲ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਤੋੜਨਾ ਇਹ ਅੰਗਰੇਜ਼ ਇਹ ਜਿਹੜੇ ਦੂਜੇ ਰੂਲਰ ਹੋਣ ਵਾਲੇ 1947 ਤੋਂ ਬਾਅਦ ਵਾਲੇ ਉਹਨਾਂ ਨੂੰ ਦੇ ਗਏ ਆ ਫਰੇਮਵਰਕ ਉਹਨੂੰ ਫਰੇਮਵਰਕ ਆ ਮੈਂ ਆਪਣੀਆਂ ਕਿਤਾਬਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪੂਰੇ ਵਿਆਖਿਆ ਦੇ ਨਾਲ ਲਿਖੇ ਹੋਏ ਲੇਖ ਆ ਮੇਰੇ ਇਹ ਕਿਤਾਬਾਂ ਮੇਰੀ ਕ੍ਰਿਟਿਕ ਆਫ ਵੈਸਟਰਨ ਰਾਈਟਿੰਗ ਔਨ ਸੋਸ਼ਲ ਐਂਡ ਹਿਸਟਰੀ ਸਾਰੀ ਦੁਨੀਆ 'ਚ ਸਿੱਖਾਂ ਦੇ ਖਿਲਾਫ ਬਹੁਤ ਵੱਡੇ ਮਹਾਸ ਦੇ ਉੱਤੇ ਸਿੱਖੀ ਨੂੰ ਟਾ ਲਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਉਹਦਾ ਜਵਾਬ ਹੈ ਇਸੇ ਤਰੀਕੇ ਨਾਲ ਆ ਮੈਂ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਾਈਟ ਪੇਪਰ ਲਿਖਿਆ ਸੀ ਆ ਉਹਦੇ ਵਿੱਚ ਸਾਰੀ ਚੀਜ਼ ਵਿਆਖਿਆ ਹੈਗੀ ਆ ਆ ਮੇਰੀ ਕਿਤਾਬ ਆ ਪੰਜਾਬ ਦੇ ਪਾਣੀਆਂ ਦੇ ਉੱਤੇ ਇੰਡੀਆ ਕਮਿਟ ਸੋਸਾਇਟੀ ਇਸੇ ਤਰੀਕੇ ਦੇ ਨਾਲ ਆ ਮੇਰੀ ਕਿਤਾਬ ਆ ਰਿਸਰਚਸ ਔਨ ਸਿੱਖ ਰਿਲੀਜੀਅਨ ਐਂਡ ਹਿਸਟਰੀ ਇਹਦੇ ਵਿੱਚ ਦਿੱਤਾ ਵੀ ਸਿੱਖਾਂ ਦੇ ਵਿੱਚ ਮੀਰੀ ਪੀਰੀ ਇੱਕੋ ਹੀ ਸਿਧਾਂਤ ਆ ਦੋਸਤਾਂ ਦੀ ਹੈਗੀ ਸਾਰੀ ਇਸ ਗੱਲ ਨੂੰ ਡੀਲ ਕਰਦੀ ਆ ਆ ਮੇਰੀ ਕਿਤਾਬ ਹੈ ਇਨਸਾਈਟਸ ਇੰਟੂ ਸਿੱਖ ਰਿਲੀਜਨ ਇਹ ਸਿੱਖਾਂ ਦੇ ਜਿਹੜੇ ਮੁੱਦੇ ਉੱਠੇ ਆ ਉਹਨਾਂ ਦਾ ਜਵਾਬ ਦਿੱਤਾ ਹੂੰ ਆ ਇਸੇ ਤਰੀਕੇ ਨਾਲ ਪੰਜਾਬ ਦਾ ਸੰਤਾਪ ਪੰਜਾਬੀ ਦੀ ਕਿਤਾਬਾਂ ਕਿਉਂਕਿ ਸਿੱਖ ਇਹ ਕਹਿੰਦੇ ਸੀ ਸਾਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ ਤੋ ਮੈਂ ਪੰਜਾਬੀ ਚ ਲਿਖੀ ਆ ਉਹਦੇ ਚ ਵੀ ਇਹੀ ਦੱਸਿਆ ਵੀ ਜਿਹੜਾ ਇਹ ਜਿਹੜਾ ਅਬਚਿੱਤਰ ਨਾਟਕ ਆ ਇਹ ਸ਼ਰੀਕ ਖੜਾ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਚਲਾਕੀ ਚਸਤੀ ਨਾਲ ਅੰਗਰੇਜ਼ਾਂ ਨੇ ਔਰ ਉਹ ਸਾਰਾ ਚੀਜ਼ ਦੇ ਗਏ ਆ ਅੱਜ ਦੇ ਜਿਹੜੇ ਰੂਲਰ ਆ ਤੁਹਾਡੇ ਕਾਲੇ ਅੰਗਰੇਜ਼ ਤੋ ਇਹ ਹੈ ਸਾਰੀ ਗੱਲ ਮੇਰੀ ਸਮਝ ਦੇ ਮੁਤਾਬਕ ਸਰ ਤੁਸੀਂ ਦਸਮ ਗ੍ਰੰਥ ਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਬੈਲੈਂਸ ਹੈ ਉਹ ਦੱਸਿਆ ਬੜੀ ਬਰੀਕੀ ਦੇ ਨਾਲ ਪਰ ਹੁਣ ਤੱਕ ਆਪਣੇ ਆਪ ਨੂੰ ਸਿੱਖ ਵਿਦਵਾਨ ਕਹਾਉਣ ਵਾਲੇ ਇਥੋਂ ਤੱਕ ਜੱਤੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਭ ਤੋਂ ਸਰਵਉੱਚ ਸੰਸਥਾ ਹੈ ਸਿੱਖਾਂ ਦੀ ਉਹਨਾਂ ਨੇ ਦਸਮ ਗ੍ਰੰਥ ਦਾ ਮੁੱਦਾ ਕਿਉਂ ਨਹੀਂ ਚੁੱਕਿਆ ਤੁਸੀਂ ਕੀ ਸਮਝਦੇ ਸ਼੍ਰੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਰੋਲ ਸਿੱਖੀ ਦਾ ਕੰਮ ਕਰ ਰਹੀ ਨਹੀਂ ਜੇ ਨਰੋਲ ਸਿੱਖੀ ਦਾ ਕੰਮ ਕਰ ਰਹੀ ਹੁੰਦੀ ਨਿਸਾਸ 22 ਰੂਪ ਸਿੱਖਾਂ ਦੇ ਗਾਇਬ ਤਾਂ ਨਹੀਂ ਹੋਗੇਗਾ ਵਾਦੇ ਵਿੱਚ ਹੂੰ ਤਾਂ ਅੱਜ ਜਿਹੜਾ ਕਿੰਤੂ ਪ੍ਰੰਤੂ ਆ ਮੈਂ ਇਹੀ ਤਾਂ ਤੁਹਾਨੂੰ ਕਿਹਾ ਸਿੱਖਾਂ ਦੀ ਲੜਾਈ ਕਿਹਦੇ ਨਾਲ ਆ ਸਭ ਤੋਂ ਜ਼ਿਆਦਾ ਸੀਰੀਅਸ ਸਿੱਖਾਂ ਦੀ ਸਿੱਖ ਸਿੱਕੀ ਦੇ ਵਿੱਚ ਵਸੇ ਜਿਹੜੇ ਵਿੱਚ ਬੜੇ ਵੇ ਮਸੰਦ ਉਹਨਾਂ ਨਾਲ ਹੂੰ ਤਾਂ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਵੀ ਮਸੰਦ ਬੈਠੇ ਆ ਥੋੜੀ ਲੀਡਰਸ਼ਿਪ ਦੇ ਵਿੱਚ ਮਸੰਦ ਕਿੰਨੇ ਬੈਠੇ ਆ ਪ੍ਰਕਾਸ਼ ਸਿੰਘ ਬਾਦਲ ਨੇ ਕੋਟਕਪੂਰੇ ਦੇ ਵਿੱਚ ਤੇ ਉੱਥੇ ਬਹਿਵਲ ਕਲਾਂ ਦੇ ਵਿੱਚ ਕੀ ਨਹੀਂ ਕਰਾਇਆ ਇਸੇ ਤਰੀਕੇ ਨਾਲ ਜਿਹੜਾ ਉਹ ਸੱਚੇ ਸਾਦੇ ਨਾਲ ਰਲ ਕੇ ਕਿਸ ਕਿਸ ਕਿਸਮ ਦੀਆਂ ਕਰਤੂਤਾਂ ਕਰਾਈਆਂ ਕਿਸ ਤਰੀਕੇ ਦੇ ਉਸ ਵੇਲੇ ਗੁਰਬਚਨ ਸਿੰਘ ਜਿਹੜਾ ਜੱਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਉਸ ਦੇ ਰਾਹੀਂ ਕਿਸ ਕਿਸਮ ਦੀਆਂ ਘਟੀਆਂ ਕਰਤੂਤਾਂ ਕਰਾਈਆਂ ਤਾਂ ਇਹ ਸਾਰਾ ਸਾਡੀ ਐਸ ਵੇਲੇ ਲੜਾਈ ਹੈ ਸਾਡੇ ਆਪਣੇ ਵਿੱਚ ਬੈਠੇ ਦੁਸ਼ਮਣਾਂ ਦੀ ਇਹ ਕੈਂਸਰ ਹੈ ਕੈਂਸਰ ਬਾਹਰ ਤਾਂ ਹੁੰਦਾ ਨਹੀਂ ਕੈਂਸਰ ਤਾਂ ਅੰਦਰ ਹੀ ਆ ਔਰ ਕੈਂਸਰ ਅੰਦਰ ਹੁੰਦਾ ਹੋਇਆ ਇੰਨਾ ਘਾਤਕ ਹੋ ਜਾਂਦਾ ਕਿ ਜਿੱਥੋਂ ਆਦਮੀ ਨੂੰ ਆਪਣਾ ਜਿਹੜਾ ਸਾਰਾ ਜੀਵਨ ਹੀ ਖੋਣਾ ਪੈਂਦਾ ਫਿਜ਼ੀਕਲ ਲਾਈਫ ਖੋਣੀ ਪੈਂਦੀ ਹੈ ਤੋ ਇਸੇ ਕਿਸਮ ਦੇ ਇਹ ਸਾਰੇ ਲੋਕ ਆ ਜਿਹੜੇ ਸਿੱਖੀ ਸਰੂਪ ਦੇ ਵਿੱਚ ਆ ਅਜਿਹਾ ਤੁਸੀਂ ਇਕਬਾਲ ਸਿੰਘ ਦੀ ਗੱਲ ਮੈਨੂੰ ਕਈ ਬੰਦੇ ਕਹਿੰਦੇ ਵੀ ਇਕਬਾਲ ਸਿੰਘ ਦੀ ਸ਼ਿਕਾਇਤ ਹੋਣੀ ਚਾਹੀਦੀ ਆ ਵੀ ਅਕਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹਨੂੰ ਛੇਕੋ ਮੈਂ ਕਿਹਾ ਵੀ ਕਿਉਂ ਕਹਿੰਦੇ ਜੀ ਇਸਨੇ ਸਿੱਖੀ ਦੇ ਮੈਂ ਕਿਹਾ ਤਾਂ ਸਿੱਖ ਹੈ ਹੀ ਨਹੀਂ ਤੁਸੀਂ ਇਹਦਾ ਪਹਿਲਾ ਫੈਸਲਾ ਕਰੋ ਵੀ ਸਿੱਖ ਹੈ ਜਾਂ ਨਹੀਂ ਹੈ। ਹੂੰ ਇਹਦਾ ਮਸੰਦ ਹੈ। ਮਸੰਦ ਨੂੰ ਤਾਂ ਮਸੰਦ ਨੂੰ ਤਾਂ ਸਿੱਖੀ ਤੋਂ ਬਾਹਰ ਕੱਢਣਾ ਜਾਂ ਅੰਦਰ ਰੱਖਣ ਦਾ ਤਾਂ ਮਤਲਬ ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਤਾਂ ਹੈ ਹੀ ਸਿੱਖੀ ਤੋਂ ਬਾਹਰ। ਤੋਂ ਇਹ ਸਾਰੇ ਜਿਹੜੇ ਲੋਕ ਹੈ ਇਹ ਸਿੱਖ ਨਹੀਂ ਹੈਗੇ। ਹੂੰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬੇਮੱਖੋ ਕੇ ਕਿਸੇ ਹੋਰ ਗ੍ਰੰਥ ਦੇ ਲੜ ਲੱਗੇ ਹੋਏ ਆ ਜਾਂ ਕਿਸੇ ਹੋਰ ਸਾਧ ਸੰਤ ਦੇ ਲੜ ਲੱਗੇ ਹੋਏ ਆ ਉਹ ਸਿੱਖ ਨਹੀਂ ਹੈਗੇ। ਹੂੰ ਉਹ ਸਿੱਖ ਨਹੀਂ ਹੈਗੇ। ਸਿੱਖਾਂ ਦਾ ਫੈਸਲਾ ਜਿਹੜਾ ਹੈਗਾ ਨੰਬਰਸ ਤੇ ਨਹੀਂ ਹੋਣਾ ਵੀ ਕਿੰਨੇ ਸਿੱਖਾਂ ਸਿੱਖਾਂ ਦਾ ਫੈਸਲਾ ਹੋਣਾ ਕਿੰਨੇ ਸਿੱਖ ਸਚਾਈ ਦੇ ਨਾਲ ਖੜੇ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪਹਿਰਾ ਦੇ ਰਹੇ ਆ ਉਹ ਗੱਲ ਫੈਸਲਾ ਕਰੇਗੀ ਕਿੰਨੇ ਸਿੱਖ ਉਹਨਾਂ ਦੀ ਗਿਣਤੀ ਭਾਵੇਂ ਘੱਟ ਹੋਵੇ ਪਰ ਉਹਨਾਂ ਦੀ ਜਿਹੜੀ ਅੰਤਰਾ ਆਤਮਾ ਦੀ ਆਵਾਜ਼ ਹੈ ਉਹ ਫੈਸਲਾ ਕਰੇਗਾ ਵੀ ਸਿੱਖੀ ਹੈ ਕੀ ਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਏਸੀ ਸਾਡੇ ਨਾਲ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਉਸਤਤ ਬੜੀ ਬਰੀਕੀ ਦੇ ਨਾਲ ਬਿਆਨ ਕੀਤੀ ਅਤੇ ਸਿੱਖ ਮਸਲੇ ਧਰਮ ਦੇ ਵਿੱਚ ਹੋ ਰਹੇ ਬਾਦ ਵਿਵਾਦ ਨੂੰ ਪਰਚੋਲ ਦੇ ਨਾਲ ਬਿਆਨ ਕੀਤਾ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ ਧੰਨਵਾਦ ਇੰਨੇ ਪੰਜਾਬ